ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਹੈ? ਠੀਕ ਹੋ? ਰਾਜੀ ਹੋ? ਹੋਰ ਸੁਣਾਓ, ਖੈਰ ਹੈ? ਅੱਜ ਜਨਾਬ ਵਲੋਗ ਦਾ ਆਗਾਜ਼ ਕੀਤਾ ਹੈ। ਮੈਂ ਤੁਹਾਡਾ ਸਿੰਗਰ ਵਰਿਆਮ ਸ਼ੇਖ। ਅੱਜ ਵਲੋਗ ਦਾ ਆਗਾਜ਼ ਕੀਤਾ ਹੈ। ਮੈਂ ਕਿਹਾ ਬਿਰਾਵਾਂ ਨੂੰ ਤਾਜ਼ੀ ਅਪਡੇਟ ਦਿੱਤੀ ਰੱਖੀਏ, ਬਿਹਤਰ ਹੁੰਦਾ ਹੈ। ਅੱਜ ਅਸੀਂ ਜਨਾਬ ਤਿਆਰੀ ਕਰਦੇ ਪਏ ਹਾਂ ਬਾਬਾ ਨੂਰ ਸ਼ਾਹ ਵਲੀ। ਅੱਜ ਮੇਲੇ ਦਾ ਪ੍ਰੋਗਰਾਮ ਹੈ ਬਾਬਾ ਨੂਰ ਸ਼ਾਹ ਵਲੀ, 610 ਜ਼ਿਲ੍ਹਾ ਫੈਸਲਾਬਾਦ, ਤਹਿਸੀਲ ਤਾਂਦੜਿਆ ਵਾਲਾ। ਉੱਥੇ ਜਨਾਬ ਜਾ ਰਹੇ ਹਾਂ ਬਾਬਾ ਨੂਰ ਸ਼ਾਹ ਵਲੀ ਦੇ ਦਰਬਾਰ 'ਤੇ। ਅੱਜ ਦਿਨ ਦਾ ਪ੍ਰੋਗਰਾਮ ਹੈ ਸਾਡਾ। ਉਮੀਦ ਕਰਦਾ ਹੈ ਤੁਸੀਂ ਸਾਡੇ ਨਾਲ ਨਾਲ ਉਸੋ ਤੁਸੀਂ ਸਾਡੇ ਇਹ ਸਾਡਾ ਜਨਾਬ ਵਲੋਗ ਤੁਸਾਂ ਟੋਟਲ ਵੇਖਣਾ ਅਤੇ ਸਾਡੇ ਚੈਨਲ ਨੂੰ ਹੀ ਜਨਾਬ ਲਈ ਮੁਹੱਬਤ ਕਰਨੀ ਹੈ। ਵਰਿਆਮ ਸ਼ੇਖ ਅਫੀਸ਼ਲ ਜਨਾਬ ਲਈ ਚੈਨਲ ਆਪਣਾ ਤਿਆਰੀ ਹੋ ਰਹੀ ਹੈ। ਹੁਣ ਅਸੀਂ ਜਨਾਬ ਨਾਲ ਰਸਤੇ ਦੇ ਵਿੱਚ ਵੀਡੀਓ ਨਹੀਂ ਬਣਾ ਸਕੇ। ਇੱਥੇ ਜਨਾਬ ਸ਼ੰਮੇ ਮਲਾਹ ਕੋਲ ਪਹੁੰਚ ਗਏ ਹੈ। ਅੱਜ ਤੁਹਾਡੇ ਸਾਹਮਣੇ ਭਾਈ ਗੁਲਾਮ ਕਾਦਰ ਇਹ ਸੁੱਤੇ ਪਏ ਅਤੇ ਇਹ ਤੁਹਾਡੇ ਸਾਹਮਣੇ ਮੈਂ ਹਾਂ। ਔਰ ਸ਼ੰਮੇ ਮਲਾਹ ਦੇ ਡੇਰੇ 'ਤੇ ਅਸੀਂ ਜਨਾਬ ਬੈਠੇ ਹਾਂ। ਜਿਹੜਾ ਸ਼ੰਮਾ ਦੂੜਿਆਂ ਵਾਲਾ ਹੈ, ਵੰਗਾਂ ਵਾਲਾ, ਆਹ ਸ਼ੰਮਾ ਇਹਨੇ ਆ ਜਨਾਬ ਲਈ ਪਾਕਿਸਤਾਨ ਮੂਵੀ ਮੈਕਰ ਉੱਥੇ ਮੌਜੂਦ ਹੁੰਦਾ ਹਰ ਸਾਲ। ਆਹ ਜਨਾਬ ਲਈ ਮੂਵੀ ਵਾਲੇ ਦੇ ਨਾਲ ਦਾ ਹੈ, ਬੰਦਾ ਵਾਲਾਂ ਵਾਲਾ ਵੀ ਇਹਦੇ ਭੈਣੇ। ਇਹ ਮੇਰਾ ਜਨਾਬ ਜਵੈਦ ਸ਼ੇਖ, ਜਵੈਦ ਅਰਗਨ ਮਾਸਟਰ, ਅਤੇ ਅਸਾਂ ਜਨਾਬ ਹੁਣ ਬੈਠੇ ਹਾਂ, ਇਹ ਗੱਪ ਸ਼ੱਪ ਕਰਦੇ ਪਏ ਹਾਂ। ਇਹ ਮੇਰਾ ਬੇਟਾ ਹੈ ਵੱਡਾ ਗੁਲਾਮ ਮੁਰਤਜ਼ਾ, ਜਿਹੜੇ ਨੇ ਵਲੋਗ ਦਾ ਆਗਾਜ਼ ਕੀਤਾ ਹੈ ਸਾਡਾ। ਮੇਰਾ ਟਿਕਟੋਕ ਔਰ ਜਨਾਬ ਯੂਟਿਊਬ ਚੈਨਲ, ਇਹ ਸਾਰੇ ਜਨਾਬ ਇਹਨੇ ਆਗਾਜ਼ ਕੀਤਾ ਹੈ। ਅਸੀਂ ਜਨਾਬ ਫੋਨ ਕਰਦੇ ਪਏ ਹਾਂ ਬਾਕੀ ਦੇ ਮਿਊਜ਼ੀਸ਼ੀਅਨਾਂ ਨੂੰ, ਉਹ ਥੋੜ੍ਹੇ ਲੇਟ ਹੋਏ ਖੜ੍ਹੇ ਆ ਜਾਂਦੇ ਨੇ, ਤਾਂ ਸਾਰਾ ਕੁਝ ਵੀ ਪਹੁੰਚਣੇ ਆ, ਅੱਲਾ ਖੈਰ ਕਰਦਾ। ਤਾਂ ਇਹ ਗੁਲਾਮ ਕਾਦਰ ਹੈ ਸੁੱਤਾ ਪਿਆ ਹੈ, ਕਿਉਂ ਰਾਤੀ ਪ੍ਰੋਗਰਾਮ 'ਤੇ ਆ। ਆਹ ਸ਼ੰਮਾ ਮਲਾਹ ਨੇ ਕਿ ਜਿਹੜਾ ਜਨਾਬ ਲਈ ਵੰਗਾਂ ਵਾਲਾ ਦੌੜਿਆਂ ਵਾਲਾ। ਆਹ ਜਨਾਬ ਇੱਥੇ ਅਚਾਨਕ ਫੋਨ ਆਇਆ ਹੈ ਮੂਵੀ ਮੇਕਰ ਨੂੰ, ਬਈ ਟ੍ਰਾਂਸਫਾਰਮ ਸੜ ਗਿਆ, ਸਾਊਂਡ ਵਾਲਾ ਕੀਤਾ ਹੈ ਉੱਥੋਂ ਜਨਾਬ ਲਈ। ਹੁਣ ਡਿਸਕਸ 'ਚ ਲੱਗੇ ਖੜਨ ਬਈ ਭਰਾਂ ਜਨਰੇਟਰ ਪਿਆ, ਇੱਕ ਮਿਊਜ਼ੀਸ਼ੀਅਨ ਹੀ ਮੇਰੇ ਪਹੁੰਚੇ ਹਨ। ਹੁਣ ਆ ਸ਼ੰਮਾ ਮਲਾਹ ਤਿਆਰੀ ਕਰਦਾ ਪਿਆ ਬਈ ਕੋਈ ਜਨਰੇਟਰ ਭਰਾਂ, ਕੱਲ੍ਹ ਆਈ ਨੇਜ਼ਾਬਾਜ਼ੀ। ਇਹ ਮਿਊਜ਼ੀਸ਼ੀਅਨ ਜਿਹੜਾ ਲੇਟ ਹੋ ਗਿਆ ਨਾ, ਇਹ ਮੇਰਾ ਬਈ ਜਨਾਬ ਜਵੈਦ ਸ਼ੇਖ ਢੋਲ ਮਾਸਟਰ, ਅਤੇ ਇਹਦੇ ਨਾਲ ਮੈਂ ਗੱਲ ਕਰਦਾ ਪਿਆ ਲੇਟ ਕਿਉਂ ਹੋ ਗਿਆ। ਅਤੇ ਆਹ ਜਨਾਬ ਸ਼ੰਮਾ ਪਿਆ ਦਏ ਬਈ ਇਹ ਇੱਧੂ ਆਇਆ ਅਤੇ ਇੱਦਾਂ ਹੀ ਬਹਿ ਗਿਆ ਜਵੈਦ ਅਰਗਨ ਮਾਸਟਰ ਕੋਲ, ਜਵੈਦ ਢੋਲ ਵਾਲਾ ਏ। ਅਤੇ ਮੈਂ ਪਿਆ ਦਾ ਬਈ ਮੱਝੀ ਦੀਆਂ ਮੈਂ ਬਹਿਣਾ ਆਉਂਦੀਆਂ ਨੇ, ਤਾਂ ਰਲ ਕੇ ਬਹਿ ਜਾਂਦੇ, ਇਹਨਾਂ ਨੂੰ ਕੀ ਆਖਣਾ। ਆਹ ਜਨਾਬ ਮੇਰਾ ਸਾਜਿਦ ਢੋਲਕ ਮਾਸਟਰ ਜਨਾਬ, ਅਤੇ ਸ਼ੰਮਾ ਜਨਾਬ ਲਈ ਇਸੇ
ਆਏ ਮੇਰੇ ਪਿਆਰੇ ਦੋਸਤ ਜਨਾਬ ਅਲੀ ਮੀਰ ਮਾਮਦ ਵੱਟੂ ਜਨਾਬ ਐਡੂਕੇਟ ਆ ਸ਼ਮਾ ਆ ਜਨਾਬ ਲਈ ਫੋਨ ਆ ਗਿਆ ਹੈ ਮੂਵੀ ਮੇਕਰ ਨੂੰ ਵੀ ਟਰਾਂਸਫਾਰਮ ਨਾਲ ਵਾਧਾ ਘੱਟ ਹੋ ਗਿਆ ਹੈ ਸੜ ਗਿਆ ਹੈ। ਆ ਜਨਾਬ ਮੇਰੇ ਬਾਈਜਾਨ ਜਨਾਬ ਐਡੂਕੇਟ ਜਨਾਬ ਮੀਰ ਮਾਮਦ ਵੱਟੂ ਜਨਾਬ ਆ ਹਕੀਕਤ ਪੁੱਛਦੇ ਪਏ ਮੈਂ ਹੀ ਪੁੱਛਦਾ ਪਿਆ ਬਾਈਜਾਨ ਤੁਸੀਂ ਠੀਕ ਪਹੁੰਚਿਆ ਹੋ ਆ ਜਵਾਇ ਸ਼ੇਖ ਜਨਾਬ ਇਹ ਹੁਣ ਆਪਦੀ ਕੋਈ ਡਿਸਕਸ ਲਾਈ ਬੈਠੇ ਇਸੇ ਤਰ੍ਹਾਂ ਹੀ ਹੁੰਦੇ ਮਾਂ ਆ ਸਿੰਗਰ ਇਕਬਾਲ ਪਰਾਂ ਬੈਠਾ ਜਨਾਬ ਅਤੇ ਹੁਣ ਜਨਾਬ ਤਿਆਰੀ ਹੁਣ ਜਨਾਬ ਅਸੀਂ ਮੇਲੇ 'ਚ ਪਹੁੰਚ ਗਏ ਮੇਲਾ ਹੈ ਬਾਬਾ ਨੂਰ ਸ਼ਾਹ ਵਲੀ ਦਾ ਬੜਾ ਵੱਡਾ ਮੇਲਾ ਹੁੰਦਾ ਹੈ ਮੈਂ ਖਲਾਂ ਅਤੇ ਕਾਫੀ ਦੁਨੀਆ ਇੱਥੇ ਹੁੰਦੀ ਹੈ ਬਹੁਤ ਦੁਨੀਆ ਹੁੰਦੀ ਹੈ ਹੁਣ ਜਨਾਬ ਆ ਸਾਊਂਡ ਦੀ ਸੈਟਿੰਗ ਮੈਟਿੰਗ ਕਰਦੇ ਪੈਣ ਕਿਉਂ ਜਨਰੇਟਰ ਲਿਆਂਦਾ ਆ ਬਾਬਾ ਨੂਰ ਸ਼ਾਹ ਵਲੀ ਦਾ ਦਰਬਾਰ ਹੈ ਸੇਨ ਦੇ ਵਿੱਚ ਵਿੱਚ ਹੀ ਪ੍ਰੋਗਰਾਮ ਹੁੰਦੇ ਨੇ ਸਟੇਜ ਬਣਿਆ ਹੁੰਦਾ ਹੁਣ ਜਨਾਬ ਸਾਊਂਡ ਚੱਲ ਪੈਣ ਅਤੇ ਆਮ ਆਵਣੀ ਸ਼ੁਰੂ ਹੋ ਗਈ ਹੈ ਨੇੜੇ ਨੇੜੇ ਸੈਟਿੰਗ ਸੁਟਿੰਗ ਕਰਦੇ ਪੈਣ ਐਵੇਂ ਦੇ ਪਿਓ ਅਸਾਂ ਹਾਂਜੀ ਹੁਣ ਪ੍ਰੋਗਰਾਮ ਦਾ ਸੈਟਿੰਗ ਹੁੰਦੀ ਪਈ ਹੈ ਅਤੇ ਉਮੀਦ ਕਰਨਾ ਕਾਫੀ ਮਾਹੌਲ ਠੀਕ ਹੋ ਗਿਆ ਅਸੀਂ ਇਸੇ ਇੰਤਜ਼ਾਰ 'ਚ ਖਲਿਆ ਬਿਜਲੀ ਜਿਹੜੀ ਨਾ ਟਰਾਂਸਫਾਰਮ ਸੜ ਗਿਆ ਹੀ ਨਾ ਉਸ ਵਜ੍ਹਾ ਤੋਂ ਨਾ ਜਨਰੇਟਰ ਦਾ ਇੰਤਜ਼ਾਮ ਹੋਇਆ ਅਤੇ ਹੁਣ ਆਮ ਆਵਣੀ ਸ਼ੁਰੂ ਹੋ ਗਈ ਹੈ ਐਵੇਂ ਮੇਰੇ ਮਿਊਜ਼ੀਸ਼ੀਅਨ ਲੱਗ ਗਏ ਸਾਰੇ ਅਤੇ ਜਨਾਬ ਮੈਂ ਇਸੇ ਇੰਤਜ਼ਾਰ 'ਚ ਖਲਾਂ ਜੇ ਸਾਊਂਡ ਸੈੱਟ ਕਰਦੇ ਪੈਣਾ ਵੇਖ ਲਓ ਮਾਇਕ ਆਪੋ ਆਪ ਲੈਂਦੇ ਪੈਣ ਅਤੇ ਸ਼ਮਾ ਹੀ ਪਿਆਦਾ ਵੀ ਟਾਈਮ ਬੜਾ ਕਾਫੀ ਹੋ ਗਿਆ ਹੈ ਉਸ ਤੋਂ ਬਾਅਦ ਖੇਡ ਹੀ ਪਵਣੀ ਹੈ ਅਤੇ ਟਾਈਮ ਤਕਰੀਬਨ ਹੋ ਗਿਆ 3:00 ਦਾ ਇਸ ਤੋਂ ਬਾਅਦ ਕਬੱਡੀ ਆਉਣੀ ਹੈ ਸਿਰਫ ਬਿਜਲੀ ਦੀ ਵਜ੍ਹਾ ਤੋਂ ਨਾ ਟਰਾਂਸਫਾਰਮ ਸੜਨ ਦੀ ਵਜ੍ਹਾ ਤੋਂ ਇਹ ਕੰਮ ਲੇਟ ਹੋਇਆ ਹੁਣ ਅੱਲਾ ਖੈਰ ਕਰਦਾ ਤੁਹਾਨੂੰ ਆ ਗਈ ਕਾਫੀ ਸਾਰੀ ਇਕੱਠੀ ਹੋ ਗਈ ਆ ਜਨਾਬ ਕਾਸ਼ੀ ਹੈ ਜਨਾਬ ਸਾਗਰ ਵਾਲੀ ਸਾਊਂਡ ਇੱਥੇ ਹਮੇਸ਼ਾ ਤੋਂ ਲੱਗੇ ਹੁੰਦਾ ਹੈ ਓਪਰੇਟਰ ਹਨ ਜਨਾਬ ਬੜਾ ਵੱਡਾ ਮੇਲਾ ਹੁੰਦਾ ਹੈ ਕਿਵੇਂ ਕਿ ਦਿਨ ਨੂੰ ਹੀ ਪ੍ਰੋਗਰਾਮ ਹੁੰਦੇ ਹਨ ਅਤੇ ਰਾਤ ਨੂੰ ਗੁਲੂਕਾਰ ਹੁੰਦੇ ਦਿਨ ਨੂੰ ਗੁਲੂਕਾਰ ਰਾਤ ਨੂੰ ਹੀ ਨਾਲ ਨਾਲ ਜਨਾਬ ਘੋੜਿਆਂ ਦੀ ਨੇਜ਼ਾਬਾਜ਼ੀ ਘੋੜੇ ਖੇਡਣੇ ਅਤੇ ਨਾਲ ਸਾਰਾ ਕੁਛ ਇੱਥੇ ਨਾ ਦਿਨ ਰਾਤ ਨੂੰ ਪ੍ਰੋਗਰਾਮ Thank you.